ਗੁਰਾਇਆ ਵਿੱਚ ਪੈਂਦੇ ਬੜਾ ਪਿੰਡ ਰੋਡ ਵਿਖੇ ਇੱਕ ਦੁਕਾਨ ਤੋਂ ਵੈਲਡਿੰਗ ਦਾ ਸਮਾਨ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਚੋਰੀ ਦੀ ਘਟਨਾ ਦੀ ਸੀਸੀਟੀਵੀ ਵੀ ਹਾਸਲ ਹੋਈ ਹੈ, ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਚੋਰ ਵੈਲਡਿੰਗ ਦੇ ਸਮਾਨ ਨੂੰ ਚੁੱਕ ਕੇ ਲੈ ਜਾਂਦਾ ਹੈ। ਇੰਨਾ ਹੀ ਨਹੀਂ, ਇੱਕ ਦੂਜੀ ਸੀਸੀਟੀਵੀ ਵੀਡੀਓ ਵਿੱਚ ਚੋਰ ਵੱਲੋਂ ਚੋਰੀ ਕੀਤੇ ਸਮਾਨ ਨੂੰ ਵੇਚਣ ਲਈ ਇੱਕ ਦੁਕਾਨ ਤੇ ਜਾਣ ਦੀ ਵੀ ਵੀਡੀਓ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਪਿਨ ਅਤੇ ਸੰਜੀਵ ਨੇ ਦੱਸਿਆ ਕਿ ਉਹ ਵੈਲਡਿੰਗ ਦਾ ਕੰਮ ਕਰਦੇ ਨੇ ਅਤੇ ਦੁਕਾਨ ਤੇ ਕੰਮ ਕਰਦੇ ਹੋਏ ਕੁਝ ਸਮਾਨ ਲੈਣ ਲਈ ਆਪਣਾ ਸਮਾਨ ਰੱਖ ਕੇ ਚਲੇ ਗਏ ਸੀ। ਉਹਨਾਂ ਦੱਸਿਆ ਕਿ ਪਿੱਛੋਂ ਇੱਕ ਚੋਰ ਦੁਕਾਨ ਤੇ ਆਉਂਦਾ ਅਤੇ ਉਹਨਾਂ ਦਾ ਸਾਰਾ ਸਮਾਨ ਚੁੱਕ ਕੇ ਚਲਾ ਜਾਂਦਾ ਹੈ। ਪੀੜਿਤਾ ਨੇ ਦੱਸਿਆ ਕਿ ਉਹਨਾਂ ਦਾ ਹਜ਼ਾਰਾਂ ਦਾ ਨੁਕਸਾਨ ਹੋਇਆ। ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਸੀਸੀਟੀਵੀ ਵੀਡੀਓ ਵਿੱਚ ਦਿਖਾਏ ਗਏ ਇਸ ਚੋਰ ਨੂੰ ਤੁਸੀਂ ਵੀ ਪਹਿਚਾਣਦੇ ਹੋ ਤਾਂ ਗੁਰਾਇਆ ਪੁਲਿਸ ਨੂੰ ਜ਼ਰੂਰ ਸੰਪਰਕ ਕਰਕੇ ਉਸ ਬਾਰੇ ਜਾਣਕਾਰੀ ਦਿਓ। ਗੁਰਾਇਆ ਤੋਂ ਹਰੀਸ਼ ਕੜਵਲ ਦੀ ਰਿਪੋਰਟ। ਜੀ ਭਾਜੀ, ਮੈਂ ਵਿਪਨ ਕੁਮਾਰ ਗੁਰਾਇਆ ਦਾ ਰਹਿਣ ਵਾਲਾ ਹਾਂ, ਦਿਲਬਾਗ ਕਲੋਨੀ ਗੁਰਾਇਆ ਦਾ। ਮੈਂ ਬੜਾ ਪਿੰਡ ਰੋਡ ਤੇ ਕੰਮ ਕਰ ਰਿਹਾ ਸੀਗਾ ਤਾਂ ਇੱਥੋਂ ਅਸੀਂ ਗਏ ਮਾਨਪੁਰ ਜਿਹੜਾ ਲੋਹੇ ਵਾਲਾ ਆ ਉਹਦੇ ਸਮਾਨ ਲੈਣ ਗਏ ਸੀਗੇ। ਕੰਮ ਕਾਹਦਾ ਕਰਦੇ ਭਾਜੀ? ਅਸੀਂ ਭਾਜੀ ਵੈਲਡਿੰਗ ਦਾ ਕੰਮ ਕਰਦੇ ਹਾਂ ਤਾਂ ਅਸੀਂ ਉੱਥੇ ਗਏ ਸੀਗੇ ਸ਼ਟਰ ਦੀ ਪੱਤੀਆਂ ਪੁੱਤੀਆਂ ਲੈਣ। ਤਾਂ ਜਦੋਂ ਅਸੀਂ ਵਾਪਸ ਆਏ ਹਾਂ ਦੁਕਾਨ 'ਤੇ ਤਾਂ ਸਾਡਾ ਇੱਥੋਂ ਵੈਲਡਿੰਗ ਸੈੱਟ ਇੱਕ ਬੋਰੇ ਦੇ ਵਿੱਚ ਸਮਾਨ ਸੀਗਾ, ਜਿੱਦਾਂ ਮਤਲਬ ਕਿ ਭਾਜੀ ਮੇਰਾ ਨਾਮ ਸੰਜੀਵ ਕੁਮਾਰ, ਮੈਂ ਦਿਲਬਾਗ ਦਾ ਰਹਿਣ ਵਾਲਾ ਹਾਂ। ਮੈਂ ਬੈਲਡਿੰਗ ਦਾ ਕੰਮ ਕਰਦਾ, ਮੈਂ ਇੱਥੇ ਬੜਾ ਪਿੰਡ ਰੋਡ 'ਤੇ ਸ਼ਟਰ ਲਾਉਣ ਆਇਆ ਸੀਗਾ। ਇੱਥੇ ਅਸੀਂ ਸਮਾਨ ਰੱਖ ਕੇ ਅਤੇ ਪੱਤੀਆਂ ਲੈਣ ਚਲ ਗਏ ਲੋਹੇ ਦੀਆਂ ਮਣਕੂ ਦੇ। ਜਦ ਅਸੀਂ ਵਾਪਸ ਆਏ ਤਾਂ ਸਾਡਾ ਸਮਾਨ ਗਾਇਬ ਸੀਗਾ ਉੱਥੇ, ਅਤੇ ਅਸੀਂ ਰਿਪੋਰਟ ਵੀ ਲਿਖਾਈ ਆ ਅਤੇ ਸਾਡਾ ਸਾਹਿਬ ਆਏ ਜੀ ਇੱਥੇ, ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਭਾਲ ਕਰੋ ਬਾਕੀ ਅਸੀਂ ਕਰਾਂਗੇ। ਕੀ ਚੋਰੀ ਹੋਇਆ ਭਾਅ ਜੀ? ਭਾਅ ਜੀ ਸਾਡਾ ਜਿੱਦਾਂ ਵੈਲਡਿੰਗ ਸੈੱਟ ਹੋ ਗਿਆ, ਗਰੈਂਡਰ, ਐਲ ਟੀ, ਡਰੈਲਾਂ, ਕੌੜੇ, ਚਾਬੀਆਂ, ਸਾਰਾ ਸਮਾਨ ਟੋਟਲੀ ਸਮਾਨ ਵਿੱਚ ਸੀਗਾ। ਘੱਟੋ ਘੱਟ 20-25 ਹਜ਼ਾਰ ਦਾ ਸਮਾਨ ਸੀਗਾ।